ਇਟਲੀ ਦਾ ਸਟੱਡੀ ਵੀਜ਼ਾ ਆਪਾਂ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹਾਂ, ਕਿੰਨਾ ਕੁ ਖਰਚਾ ਆ ਜਾਂਦਾ ਹੈ, ਕੀ ਰਿਕੁਆਇਰਮੈਂਟਸ ਨੇ, ਉਹ ਸਾਰਾ ਕੁਝ ਸਟੈਪ ਬਾਏ ਸਟੈਪ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਅਤੇ ਕਿੱਦਾਂ ਆਪਾਂ ਬਿਨਾਂ ਏਜੰਟ ਦੀ ਮਦਦ ਤੋਂ ਇਟਲੀ ਦਾ ਵੀਜ਼ਾ ਹਾਸਲ ਕਰ ਸਕਦੇ ਹਾਂ। ਯੂਟਿਊਬ ਚੈਨਲ ਐਸਪੋਵਿਕ ਦੇਖ ਰਹੇ ਸਾਰੇ ਵਿਊਅਰਸ ਦਾ ਮੈਂ ਵੈਲਕਮ ਕਰਨਾ ਹਾਂ, ਮੈਂ ਹਾਂ ਕੁਲਵੀਰ। ਉਮੀਦ ਕਰਨਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਅੱਜ ਦੀ ਜਿਹੜੀ ਵੀਡੀਓ ਦਾ ਟੋਪਿਕ ਤੇ ਤੁਹਾਨੂੰ ਪਤਾ ਲੱਗ ਗਿਆ ਹੋਣਾ, ਅਤੇ ਵੀਡੀਓ ਬਣਾਉਣ ਦਾ ਮੇਨ ਕਾਰਨ ਇਹ ਵੇ ਕਿ ਪਿੱਛੇ ਜਿਹੜੀ ਆਪਾਂ ਵੀਡੀਓ ਬਣਾਈ ਸੀ ਇਟਲੀ ਦੇ ਵਰਕ ਪਰਮਿਟ ਨੂੰ ਲੈ ਕੇ, ਇਟਲੀ ਦਾ ਵਰਕ ਪਰਮਿਟ ਅਪਲਾਈ ਕਿਸ ਤਰ੍ਹਾਂ ਹੁੰਦਾ ਹੈ, ਕਿੰਨਾ ਖਰਚਾ ਆਉਂਦਾ, ਇੱਦਾਂ ਦੀਆਂ ਕੁਝ ਵੀਡੀਓ ਬਣਾਈ ਸੀ ਪਿੱਛੇ ਜਿਹੇ। ਸੋ ਉਹਨਾਂ ਵਿੱਚ ਕਾਫੀ ਸਾਰੇ ਨੌਜਵਾਨ ਵੀਰਾਂ ਦੇ ਸਵਾਲ ਵੀ ਆਉਂਦੇ ਸੀ ਵੀ ਕਿੱਦਾਂ ਆਪਾਂ ਅਪਲਾਈ ਕਰ ਸਕਦੇ ਹਾਂ ਉਹ ਸਾਰਾ ਕੁਝ। ਸੋ ਉਹਨਾਂ ਸਾਰਿਆਂ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਕਿਹਾ ਕਿਉਂ ਨਾ ਇੱਕ ਵਧੀਆ ਜਿਹੜਾ ਵੀਜ਼ਾ ਜਿਹਦੇ 'ਚ ਤੁਹਾਡਾ ਫਿਊਚਰ ਵਧੀਆ ਹੋ ਸਕਦਾ, ਉਹ ਕਦ ਉਹਨਾਂ ਤੁਹਾਡਾ ਜਿਹੜੀ ਜਿਵੇਂ ਕਹੋ ਆਈਡੀਆ ਉਹ ਸ਼ੇਅਰ ਕੀਤਾ ਜਾਏ, ਉਹ ਇਹ ਸੀ ਸਟੱਡੀ ਵੀਜ਼ਾ ਜਿਹਦੇ 'ਚ ਆ ਕੇ ਤੁਹਾਡਾ ਫਿਊਚਰ ਵਧੀਆ ਹੋ ਸਕਦਾ, ਅੱਗੇ ਜਿਹੜੀ ਪੋਸੀਬਿਲਟੀਆਂ ਵੱਧ ਨੇ, ਅਤੇ ਤੁਸੀਂ ਜਿਹੜੀ ਜਿਵੇਂ ਕਹੋ ਘੱਟ ਖਰਚੇ ਦੇ ਵਿੱਚ ਵੀ ਰਹਿ ਕੇ ਇੱਥੇ ਆਪਣੇ ਪਾਰਟ ਟਾਈਮ ਵੀ ਜੋਬ ਕਰ ਸਕਦੇ ਹੋ। ਉਹ ਸਾਰਾ ਕੁਝ ਜਿਹੜਾ ਪੈਕੇਜ ਹੈ ਕਿੱਦਾਂ ਵਰਕ ਕਰਦਾ ਸਾਰਾ ਕੁਝ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ। ਹੋ ਸਕਦਾ ਵੀਡੀਓ ਦੇ ਪਾਰਟ 2 ਜਾਂ 3 ਵੀ ਹੋ ਜਾਣ, ਤਾਂ ਜੋ ਸਟੈਪ ਬਾਏ ਸਟੈਪ ਅਤੇ ਪਾਰਟ ਬਾਏ ਪਾਰਟ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਉਹ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ। ਅਤੇ ਪਹਿਲੇ ਸਟੈਪ ਦੀ ਗੱਲ ਕਰਨੇ ਆ। ਸੋ ਇਟਲੀ ਦਾ ਜਿਹੜਾ ਆਪਾਂ ਨੂੰ ਵੀਜ਼ਾ ਲੈਣ ਵਾਸਤੇ ਆਪਾਂ ਨੂੰ ਚਾਹੀਦਾ ਹੁੰਦਾ ਹੈ ਜਿਵੇਂ ਅਸੈਪਟੈਂਸ ਲੈਟਰ ਕਹਿ ਸਕਦੇ ਹਾਂ ਆਪਾਂ ਨੂੰ, ਜਿਹਦੇ ਬੇਸ 'ਤੇ ਆਪਾਂ ਨੂੰ ਜਦੋਂ ਇੰਡੀਆ ਹੁੰਦੇ ਹਾਂ ਆਪਾਂ ਜਦੋਂ ਅੰਬੈਸੀ ਆਪਾਂ ਹਾਜ਼ਰ ਹੋਣਾ, ਉੱਥੇ ਲੈ ਕੇ ਪਾਸਪੋਰਟ ਵਗੈਰਾ ਲੈ ਕੇ ਆਪਣੇ ਸਰਟੀਫਿਕੇਟ ਵਗੈਰਾ ਲੈ ਕੇ ਹਾਜ਼ਰ ਹੋਣਾ, ਉਹਦੇ ਵਾਸਤੇ ਆਪਾਂ ਨੂੰ ਅਸੈਪਟੈਂਸ ਲੈਟਰ ਚਾਹੀਦਾ ਹੁੰਦਾ ਹੈ ਵੀ ਜਿਹੜਾ ਕਿ ਹਾਂਜੀ ਯੂਨੀਵਰਸਿਟੀ ਨੇ ਸਾਡਾ ਅਸੈਪਟੈਂਸ ਸਾਨੂੰ ਲੈਟਰ ਭੇਜਿਆ ਹੈ ਵੀ ਹਾਂਜੀ ਤੁਸੀਂ ਵੀ ਜਿਵੇਂ ਕਿ ਤੁਹਾਡਾ ਦਾਖਲਾ ਹੋ ਚੁੱਕਿਆ ਯੂਨੀਵਰਸਿਟੀ ਦੇ ਵਿੱਚ, ਤੁਸੀਂ ਇੱਥੇ ਆ ਕੇ ਪੜ੍ਹਾਈ ਕਰ ਸਕਦੇ ਹੋ। ਸੋ ਉਹ ਲੈ ਕੇ ਆਪਾਂ ਨੂੰ ਜਾਣਾ ਪੈਂਦਾ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਜਿਹੜਾ ਅਸੈਪਟੈਂਸ ਲੈਟਰ ਲੈਣ ਵਾਸਤੇ ਕਿਹੜੀਆਂ ਕਿਹੜੀਆਂ ਡਾਕੂਮੈਂਟਸ ਨੇ ਜਿਹੜੇ ਜ਼ਰੂਰੀ ਹੁੰਦੇ ਨੇ, ਆਪਾਂ ਨੂੰ ਕਿਹੜੀ ਕਿਹੜੀ ਰਿਕੁਆਇਰਮੈਂਟ ਨੇ ਪੂਰੀਆਂ ਕਰਨੀਆਂ ਪੈਂਦੀਆਂ, ਉਹ ਪਹਿਲੇ ਸਟੈਪ ਜਿਵੇਂ ਕਹੋ ਪਹਿਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਸਾਰਾ ਕੁਝ। ਅਤੇ ਹੁਣ ਤੱਕ ਤਾਂ ਤੁਹਾਨੂੰ ਸਮਝ ਹੀ ਲੱਗ ਗਿਆ ਹੋਣਾ ਵੀ ਇਹ ਜਿਹੜੀ ਖੇਡ ਮੇਨ ਖੇਡ ਅਸੈਪਟੈਂਸ ਲੈਟਰ ਦੀ, ਇਹਨੂੰ ਕਿੱਦਾਂ ਆਪਾਂ ਹਾਸਲ ਕਰਨਾ ਉਹ ਪਹਿਲਾਂ ਆਪਾਂ ਜਾਣ ਲੈਂਦੇ ਹਾਂ। ਫੋਰ ਇਗਜ਼ਾਮਪਲ ਇੱਥੇ ਜਿਵੇਂ ਇਟਲੀ ਦੀਆਂ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਨੇ, ਉੱਥੇ ਆਪਾਂ ਨੂੰ ਦਾਖਲਾ ਲੈਣਾ ਪਏਗਾ। ਮੈਂ ਜਿਹੜੀ ਯੂਨੀਵਰਸਿਟੀ ਜਿਹੜੀ ਰੈਕਮੈਂਡ ਕਰਨ ਜਾ ਰਿਹਾ ਜਿਵੇਂ ਰੋਮ ਯੂਨੀਵਰਸਿਟੀ ਹੋ ਗਈ, ਮਿਲਾਨ ਯੂਨੀਵਰਸਿਟੀ ਹੋ ਗਈ, ਤੁਰੀਨ ਯੂਨੀਵਰਸਿਟੀ ਹੋ ਗਈ, ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਨਾਂ ਲੈ ਰਿਹਾ ਜਿਹੜੀਆਂ ਇਟਲੀ ਦੀਆਂ ਜਿਵੇਂ ਕਹੋ ਬੈਸਟ ਯੂਨੀਵਰਸਿਟੀ ਨੇ, ਫਲੋਰੈਂਸ ਵੀ ਆ ਜਾਂਦੀ ਇਹਨਾਂ ਵਿੱਚ। ਸੋ ਕਿਉਂਕਿ ਇੱਥੇ ਆ ਕੇ ਜੇ ਤੁਸੀਂ ਰਹਿੰਦੇ ਹੋ ਫਿਰ ਤੁਹਾਡੇ ਖਰਚੇ ਵੀ ਹੁੰਦੇ ਨੇ, ਅਤੇ ਤੁਹਾਨੂੰ ਵੀ ਜਿਵੇਂ ਕਹੋ ਇਕਨੋਮਿਕ ਤੌਰ 'ਤੇ ਵੀ ਇੱਦਾਂ ਚੀਜ਼ਾਂ ਵੀ ਹੈਲਪ ਵੀ ਚਾਹੀਦੀ ਹੁੰਦੀ ਹੈ, ਅਤੇ ਉਹਦੇ ਵਾਸਤੇ ਤੁਸੀਂ ਇੱਥੇ ਕਿ ਪਾਰਟ ਟਾਈਮ ਜੋਬ ਵੀ ਕਰਨੀ ਹੁੰਦੀ ਹੈ, ਅਤੇ ਇਹ ਜਿਹੜੇ ਵੱਡੇ ਸ਼ਹਿਰ ਨੇ ਇਹਨਾਂ ਵਿੱਚ ਜ਼ਿਆਦਾ ਪੋਸੀਬਿਲਟੀਆਂ, ਤੁਸੀਂ ਪਾਰਟ ਟਾਈਮ ਜੋਬ ਵੀ ਕਰ ਸਕਦੇ ਹੋ ਪੜ੍ਹਾਈ ਦੇ ਨਾਲ ਨਾਲ। ਸੋ ਮੈਂ ਰੈਕਮੈਂਡ ਕਰਾਂਗਾ ਇਹਨਾਂ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਹੀ ਵੀ ਕੋਈ ਆਪਣਾ ਜਿਹੜਾ ਕੋਰਸ ਹੈ ਉਹ ਸਿਲੈਕਟ ਕਰੋ, ਫਿਰ ਤੁਸੀਂ ਆਪਣੀ ਪੜ੍ਹਾਈ ਦੇ ਹਿਸਾਬ ਨਾਲ ਦੇਖਣਾ ਤੁਸੀਂ ਕਿਹੜੀ ਪੜ੍ਹਾਈ ਕੀਤੀ, ਤੁਹਾਡਾ ਕਿਸ ਤਰ੍ਹਾਂ ਦਾ ਇੰਟਰਸਟ ਹੈ, ਉਹ ਕੋਰਸ 'ਤੇ ਜਾ ਕੇ ਤੁਸੀਂ ਦੇਖਣਾ ਵੀ ਕਿਹੜੀ ਯੂਨੀਵਰਸਿਟੀ ਤੁਹਾਨੂੰ ਉਹ ਉਹਨਾਂ ਦੇ ਵਿੱਚ ਜਿਹੜਾ ਕੋਰਸ ਹੈ ਅਵੇਲੇਬਲ ਹੈਗਾ, ਫਿਰ ਉਹ ਤੁਸੀਂ ਜਾ ਕੇ ਕੋਰਸ 'ਤੇ ਜਾ ਕੇ ਤੁਸੀਂ ਦੇਖਣਾ ਰਿਕੁਆਇਰਮੈਂਟਸ ਕੀ ਨੇ ਸਾਰੀਆਂ, ਵੀ ਕੀ ਮੰਗਦੇ ਪਏ ਨੇ, ਵੀ ਕੀ ਮੇਰੀਆਂ ਜਿਹੜੀਆਂ ਰਿਕੁਆਇਰਮੈਂਟ ਨੇ ਉਹ ਜਿਹੜੀਆਂ ਵੀ ਜਿਹੜੀ ਵੀ ਮੇਰੀ ਜਿਹੜੀ ਯੋਗਤਾ ਉਹ ਮੈਚ ਕਰਦੀ ਪਈ ਉਹਦੇ ਨਾਲ, ਇਹ ਸਾਰਾ ਕੁਝ ਤੁਸੀਂ ਦੇਖ ਲੈਂਦੇ ਹੋ। ਅਤੇ ਹੁਣ ਆਪਾਂ ਜਾਣਦੇ ਹਾਂ ਵੀ ਜਿਹੜੀ ਕਿਹੜੀ ਕਿਹੜੀਆਂ ਰਿਕੁਆਇਰਮੈਂਟਸ ਨੇ ਉਹ ਹੋ ਸਕਦੀਆਂ, ਜਿਹੜੀਆਂ ਕਿਹੜੀ ਕਿਹੜੀਆਂ ਰਿਕੁਆਇਰਮੈਂਟ ਨੇ ਉਹ ਮੰਗਦੀਆਂ ਅਕਸਰ ਯੂਨੀਵਰਸਿਟੀਆਂ। ਸੋ ਜੀ ਪਹਿਲੀ ਰਿਕੁਆਇਰਮੈਂਟ ਹੈ ਜਿਹਦੇ ਬਿਨਾਂ ਤੁਹਾਡਾ ਕੋਈ ਕੰਮ ਜਿਹੜਾ ਅੱਗੇ ਨਹੀਂ ਵਧੇਗਾ ਹੈਗਾ, ਉਹ ਇਵੇਂ ਵੀ ਤੁਹਾਡਾ ਇੰਡੀਆ ਦੇ ਵਿੱਚ 12 ਸਾਲ ਤੱਕ ਜਾਂ ਪਾਕਿਸਤਾਨ 'ਚ ਜੇ ਤੁਸੀਂ ਪੜ੍ਹਾਈ ਦੇਖ ਰਹੇ ਹੋ ਵੀਡੀਓ, 12 ਸਾਲ ਤੱਕ ਜਿਹੜੀ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ, ਜਾਂ ਆਪਾਂ ਕਹਿੰਦੇ ਨੇ 10+2 ਵਧੀਆ ਮਾਰਕਸ ਦੇ ਨਾਲ ਤੁਸੀਂ ਪਾਸ ਕੀਤੀ ਹੋਣੀ ਚਾਹੀਦੀ, ਜਿਵੇਂ ਇੰਡੀਆ ਦੇ ਵਿੱਚ ਤੁਸੀਂ ਫਸਟ ਡਿਵੀਜ਼ਨ ਕਹਿ ਲੈਂਦੇ 60%+ ਮਾਰਕਸ ਦੇ ਨਾਲ ਤੁਸੀਂ +2 ਜਿਹੜੀ ਪਾਸ ਕੀਤੀ ਹੋਣੀ ਚਾਹੀਦੀ ਹੈ। ਫਿਰ ਉਸ ਤੋਂ ਬਾਅਦ ਫਿਰ ਆਪਾਂ ਉਹਨਾਂ ਨੂੰ ਆਈਡੈਂਟੀਫਾਈ ਕਰਾਉਣਾ ਆਪਣੇ ਆਪ ਨੂੰ, ਉਹਦੇ ਵਿੱਚ ਆਪਣਾ ਜਿਹੜਾ ਪਾਸਪੋਰਟ ਵੈਲਿਡ ਹੋਣਾ ਚਾਹੀਦਾ, ਘੱਟੋ ਘੱਟ 6 ਮਹੀਨੇ ਦਾ ਮੰਨ ਕੇ ਚਲੋ ਇੰਨਾ ਵੈਲਿਡ ਹੋਣਾ ਚਾਹੀਦਾ, ਵੈਸੇ ਤਾਂ 3 ਮਹੀਨੇ ਲਿਖਿਆ ਆਉਂਦਾ ਉਹਦੇ ਉੱਪਰ ਪੇਪਰਾਂ ਦੇ ਵਿੱਚ, ਪਰ ਆਪਣਾ 6 ਮਹੀਨੇ ਘੱਟੋ ਘੱਟ ਆਪਣਾ ਚੈੱਕ ਜ਼ਰੂਰ ਕਰ ਲਓ ਵੀ ਜਿਹੜਾ ਪਾਸਪੋਰਟ ਵੈਲਿਡ ਹੋਣਾ ਚਾਹੀਦਾ। ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਅਵੇਲੇਬਲ ਹੋਣੀ ਚਾਹੀਦੀ, ਤੁਹਾਡੀ ਮਾਰਕਸ਼ੀਟ ਤੁਹਾਡੇ ਕੋਲ ਅਵੇਲੇਬਲ ਹੋਣੀ ਚਾਹੀਦੀ ਹੈ, ਜਿਸ 'ਚ ਤੁਹਾਡੇ ਸਾਰੇ ਮਾਰਕਸ ਵਗੈਰਾ ਲਿਖੇ ਹੁੰਦੇ ਜਿਵੇਂ ਤੁਸੀਂ 10+2 ਕੀਤੀ ਹੋਈ ਹੈ। ਅਤੇ ਉਸ ਤੋਂ ਬਾਅਦ ਆ ਜਾਂਦੀ ਰੈਕਮੈਂਡੇਸ਼ਨ ਲੈਟਰ ਜੀ। ਰੈਕਮੈਂਡੇਸ਼ਨ ਲੈਟਰ ਕੀ ਹੁੰਦਾ, ਜਿਹੜਾ ਫੋਰ ਐਗਜ਼ਾਮਪਲ ਜੇ ਮੈਂ ਆਪਣੀ 12ਵੀਂ ਜਿਹੜੇ ਸਕੂਲ ਦੇ ਵਿੱਚੋਂ ਕੀਤੀ ਹੋਈ ਹੈ, ਉੱਥੇ ਦੇ ਜਿਵੇਂ ਪ੍ਰਿੰਸੀਪਲ ਨੇ ਮੇਰੇ ਵਾਜ ਕੁਝ 2-4 ਚੰਗੀਆਂ ਲਾਈਨਾਂ ਲਿਖੀਆਂ ਹੁੰਦੀਆਂ ਜੀ, ਬੱਚਾ ਵਧੀਆ ਜੀ ਪੜ੍ਹਾਈ ਦੇ ਵਿੱਚ ਅੱਗੇ ਜੀ, ਹਾਂਜੀ ਇਹਨੂੰ ਅਸੈਪਟ ਕਰ ਕੀਤਾ ਜਾ ਸਕਦਾ, ਇੱਦਾਂ ਦੇ ਕੋਈ ਚੰਗੀਆਂ ਸ਼ਬਦਾਂ ਲਿਖੇ ਹੁੰਦੇ ਨੇ, ਅਤੇ ਉਹਨੂੰ ਆਪਾਂ ਰੈਕਮੈਂਡੇਸ਼ਨ ਲੈਟਰ ਕਹਿ ਸਕਦੇ ਹਾਂ। ਅਤੇ ਉਸ ਤੋਂ ਬਾਅਦ ਆ ਜਾਂਦੇ ਜੀ ਮੋਟੀਵੇਸ਼ਨ ਲੈਟਰ। ਮੋਟੀਵੇਸ਼ਨ ਲੈਟਰ ਜਿਹਦੇ 'ਚ ਤੁਸੀਂ ਡਿਸਕ੍ਰਾਈਬ ਕਰਨਾ ਹੁੰਦਾ ਉਹਨਾਂ ਨੂੰ, ਹਾਂਜੀ ਮੈਂ ਇਸ
ਪ੍ਰੈਜੈਂਟ ਕਰਨਾ ਮੋਟੀਵੇਸ਼ਨ ਲੈਟਰ ਹੋ ਜਾਂਦਾ ਅਤੇ ਫਿਰ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਆਪਣਾ ਸੀ ਵੀ ਐਡ ਕਰ ਸਕਦੇ ਹਾਂ ਸੀ ਵੀ ਜਿਵੇਂ ਆਪਣਾ ਕੁਰੀਕੁਲਮ ਕਹਿੰਦੇ ਹੁੰਦੇ ਹਾਂ ਜਿਹਦੇ ਵਿੱਚ ਆਪਣਾ ਬਾਇਓਡਾਟਾ ਵਗੈਰਾ ਲਿਖਿਆ ਹੋਏਗਾ ਜੀ ਆ ਨਾਮ ਪਤਾ ਵਗੈਰਾ ਏਜ ਊਜ ਸਾਰਾ ਕੁਛ ਲਿਖਣ ਤੋਂ ਬਾਅਦ ਉਹ 'ਚ ਤੁਸੀਂ ਆਪਣੇ ਐਕਸਪੀਰੀਅੰਸ ਸ਼ੋਅਰ ਕਰਨੇ ਹੁੰਦੇ ਨੇ ਵੀ ਮੈਂ ਇੱਦਾਂ ਦਾ ਮੇਰਾ ਹੋਰ ਵੀ ਐਕਸਪੀਰੀਅੰਸ ਹੈਗਾ ਇੱਦਾਂ ਦੀ ਪਾਰਟ ਟਾਈਮ ਜੋਬ ਵੀ ਕੀਤੀ ਇੱਦਾਂ ਦਾ ਆਪਣਾ ਇੱਕ ਸੀ ਵੀ ਤਿਆਰ ਕਰਨਾ ਪੈਂਦਾ ਉਸ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਤੁਹਾਡੀ ਹੁਣ ਐਪਲੀਕੇਸ਼ਨ ਫੋਰਮ ਹੋਣਾ ਹੁੰਦਾ ਕਿ ਐਪਲੀਕੇਸ਼ਨ ਦੀ ਫੋਰਮ ਦੀ ਫੀਸ ਵੀ ਹੁੰਦੀ ਜਿਵੇਂ 25 ਯੂਰੋ ਇੱਦਾਂ ਕਰਕੇ ਕੁਝ ਇੱਦਾਂ ਦੀ ਫੀਸ ਵੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਤੁਹਾਡੀ ਤਿਆਰੀ ਹੋਣੀ ਚਾਹੀਦੀ ਹੈ ਟੈਸਟ ਵਾਸਤੇ ਵੀ ਜਿੱਦਾਂ ਤੁਹਾਡਾ ਰਿਟਨ ਟੈਸਟ ਵੀ ਲਿਆ ਜਾ ਸਕਦਾ ਯੂਨੀਵਰਸਿਟੀ ਵੱਲੋਂ ਜਾਂ ਤੁਹਾਡਾ ਵੀਡੀਓ ਕਾਲ ਰਾਹੀਂ ਸਕਾਈਪ 'ਤੇ ਤੁਹਾਡਾ ਟੈਸਟ ਲਿਆ ਜਾ ਸਕਦਾ ਉਹਦੇ ਵਾਸਤੇ ਵੀ ਤੁਹਾਨੂੰ ਰੇਡੀ ਹੋਣਾ ਚਾਹੀਦਾ ਹੈ ਸੋ ਇਹ ਸਾਰਾ ਪ੍ਰੋਸੈਸ ਤਾਂ ਹੁਣ ਦੇਖ ਲਿਆ ਹੋਣਾ ਜਿਹਦੇ ਵਿੱਚ ਆਪਣਾ ਮੇਨ ਗੱਲ ਇਹ ਵੀ ਹੈ ਕਿ ਆਪਾਂ ਨੂੰ ਇੰਗਲਿਸ਼ ਆਉਣੀ ਬੜੀ ਜ਼ਰੂਰੀ ਹੈ ਕਿਉਂਕਿ ਜੇ ਆਪਣਾ ਜਿਹੜਾ ਰਿਟਨ ਟੈਸਟ ਹੋਣਾ ਹੈ ਉਹਦੇ 'ਚ ਵੀ ਆਪਾਂ ਕੋਈ ਇੰਗਲਿਸ਼ 'ਚ ਦੇਣਾ ਪਏਗਾ ਅਤੇ ਜਿਹੜੇ ਆਪਾਂ ਕੋਲੋਂ ਵੀਡੀਓ ਕਾਲ ਰਾਹੀਂ ਜਿਹੜਾ ਸਕਾਈਪ 'ਤੇ ਜਾਂ ਆਪਾਂ ਟੈਸਟ ਲੈਂਦੇ ਨੇ ਜਾਂ ਆਪਣੇ ਕੋਲੋਂ ਜਾਂ ਇੰਟਰਵਿਊ ਹੁੰਦਾ ਆਪਣਾ ਅਤੇ ਉਹਦੇ 'ਚ ਵੀ ਆਪਣੀ ਇੰਗਲਿਸ਼ ਆਉਣੀ ਜ਼ਰੂਰੀ ਹੈ ਸੋ ਇਹ ਬਾਕੀ ਆਈਲੈਟਸ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਇਹ ਹਮੇਸ਼ਾ ਕੋਰਸ 'ਤੇ ਡਿਪੈਂਡ ਕਰਦਾ ਅਤੇ ਤੁਸੀਂ ਆਪਣੀ ਜਿਵੇਂ ਕਹੋ ਹੋਰ ਵਧੀਆ ਇੰਪਰੂਵਮੈਂਟ ਵਾਸਤੇ ਆਈਲੈਟਸ ਕਰ ਸਕਦੇ ਹੋ ਵੀ ਤੁਹਾਨੂੰ ਆਈਲੈਟਸ ਆਉਣੀ ਚਾਹੀਦੀ ਹੈ ਅਤੇ ਬਾਕੀ ਇਹ ਡਿਪੈਂਡ ਕਰਦਾ ਹੁੰਦਾ ਹਮੇਸ਼ਾ ਕੋਰਸ 'ਤੇ ਉਹ ਕੋਰਸ ਦੀ ਰਿਕੁਆਇਰਮੈਂਟ 'ਤੇ ਵੀ ਤੁਹਾਨੂੰ ਇੰਗਲਿਸ਼ ਆਈਲੈਟਸ ਮੰਗੀ ਜਾ ਰਹੀ ਹੈ ਜਾਂ ਨਹੀਂ ਮੰਗੀ ਜਾ ਰਹੀ ਹੋ ਰਹੀ ਹੈਗੀ ਹਰ ਕੋਰਸ ਦੇ ਵਿੱਚ ਤੁਸੀਂ ਅਪਲਾਈ ਕਰਨ ਤੋਂ ਪਹਿਲਾਂ ਹੀ ਅਤੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਇਹ 'ਚ ਆਈਲੈਟਸ ਮੰਗੇਗੀ ਜਾਂ ਨਹੀਂ ਮੰਗੇਗੀ ਹੈਗੀ ਪਰ ਫਿਰ ਵੀ ਮੇਰੀ ਜਿਵੇਂ ਕਹੋ ਰੈਕਮੈਂਡੇਸ਼ਨ ਇਹ ਸਲਾਹ ਹੈ ਵੀ ਮੇਰਾ ਇਹੀ ਕਹਾਂਗਾ ਵੀ ਤੁਹਾਡੀ ਇੰਗਲਿਸ਼ 'ਤੇ ਜਾਂ ਤਾਂ ਪਹਿਲਾਂ ਹੀ ਇੰਪਰੂਵ ਹੈ ਨਹੀਂ ਤਾਂ ਆਈਲੈਟਸ ਕਰ ਲਓ ਵੀ ਤੁਹਾਡੀ ਇੰਗਲਿਸ਼ ਜਿਹੜੀ ਹੋਰ ਇੰਪਰੂਵ ਹੋ ਜਾਏਗੀ ਇੱਥੇ ਆ ਕੇ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਮਿਲੇਗੀ ਅਤੇ ਆਹ ਜਿਹੜਾ ਪ੍ਰੋਸੈਸ ਜਿਹੜਾ ਚੱਲਦਾ ਪਿਆ ਜਿਵੇਂ ਹੁਣ ਤੁਹਾਨੂੰ ਦੱਸਦਾ ਪਿਆ ਸੀ ਸਾਰਾ ਇਹ ਸਿਰਫ ਅਸੈਪਟੈਂਸ ਲੈਟਰ ਨੂੰ ਲੈਣ ਵਾਸਤੇ ਸੀ ਅਤੇ ਪਲੀਜ਼ 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 ਕੋਈ ਵੀ ਇੱਦਾਂ ਦਾ ਡਾਕੂਮੈਂਟ ਫਾਲਸ ਡਾਕੂਮੈਂਟ ਨਾ ਦਿਓ ਗਲਤ ਡਾਕੂਮੈਂਟ ਨਾ ਦਿਓ ਕਿਉਂਕਿ ਸਾਰੇ ਡਾਕੂਮੈਂਟ ਦੀ ਤੁਹਾਡੀ ਵੈਰੀਫਿਕੇਸ਼ਨ ਹੁੰਦੀ ਹੈ ਅਤੇ ਫਿਰ ਇੱਕ ਵਾਰ ਜੋ ਤੁਸੀਂ ਸਾਰੀਆਂ ਰਿਕੁਆਇਰਮੈਂਟ ਪੂਰੀਆਂ ਕਰ ਦਿੰਦੇ ਹੋ ਅਤੇ ਇਹ ਜਿਹੜਾ ਤੁਹਾਡਾ ਸਾਰਾ ਕੁਛ ਅਸੈਪਟ ਹੋ ਜਾਂਦਾ ਹੈ ਅਤੇ ਮੈਰਿਟ ਲਿਸਟ ਦੇ ਵਿੱਚ ਨਾ ਆਉਣ ਤੋਂ ਬਾਅਦ ਵੀ ਤੁਹਾਡਾ ਫਿਰ ਸਾਰਾ ਕੁਛ ਓਕੇ ਹੋ ਜਾਂਦਾ ਹੈ ਤੁਹਾਨੂੰ ਅਸੈਪਟੈਂਸ ਲੈਟਰ ਹੈ ਜਿਹੜਾ ਉਹ ਇਸ਼ੂ ਹੋ ਜਾਂਦਾ ਹੈ ਅਤੇ ਉਹਦੇ ਬੇਸ 'ਤੇ ਜਾ ਕੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨਾ ਹੁੰਦਾ ਹੈ ਅਤੇ ਉਸ ਤੋਂ ਇਲਾਵਾ ਜਿਹੜਾ ਐਪਲੀਕੇਸ਼ਨ ਨੂੰ ਲੈਟਰ ਭਰਿਆ ਜਾਂਦਾ ਉਹਦੇ ਵਿੱਚ ਆਪਾਂ ਇਹ ਵੀ ਭਰਿਆ ਹੁੰਦਾ ਵੀ ਮੈਂ ਜਿਹੜੀ ਕਿਹੜੀ ਅੰਬੈਸੀ ਤੋਂ ਜਾ ਕੇ ਆਪਣਾ ਵੀਜ਼ਾ ਅਪਲਾਈ ਕਰਨਾ ਹੁੰਦਾ ਹੈ ਉਹ ਪਹਿਲਾਂ ਹੀ ਭਰਿਆ ਜਾ ਚੁੱਕਿਆ ਹੁੰਦਾ ਹੈ ਅਤੇ ਫਿਰ ਜਦੋਂ ਤੁਹਾਨੂੰ ਆਪਣਾ ਅਸੈਪਟੈਂਸ ਲੈਟਰ ਇਸ਼ੂ ਹੋ ਜਾਂਦਾ ਹੈ ਅਤੇ ਫਿਰ ਪ੍ਰੀ ਐਨਰੋਲਮੈਂਟ ਜਿਹੜੀ ਹੈ ਯੂਨੀਵਰਸਿਟੀ ਵੱਲੋਂ ਜਿਹੜੀ ਅੰਬੈਸੀ ਤੁਸੀਂ ਭਰੀ ਹੁੰਦੀ ਉਹਨੂੰ ਲੈਟਰ ਜਿਹੜਾ ਸੈਂਡ ਕਰ ਦਿੱਤਾ ਜਾਂਦਾ ਹੈ ਜਿਹਦੇ 'ਚ ਦੱਸਿਆ ਹੁੰਦਾ ਵੀ ਹਾਂਜੀ ਇਹ ਬੱਚਾ ਤੁਹਾਡੇ ਕੋਲ ਵੀਜ਼ਾ ਅਪਲਾਈ ਕਰਨ ਵਾਸਤੇ ਆਏਗਾ ਸਟੱਡੀ ਵੀਜ਼ਾ ਅਪਲਾਈ ਕਰਨ ਵਾਸਤੇ ਆਏਗਾ ਅਤੇ ਇਹਦਾ ਜਿਹੜਾ ਲੈਟਰ ਹੈ ਇਹਦੀ ਜਿਹੜੀ ਫਾਈਲ ਅਸੈਪਟ ਕੀਤੀ ਜਾਏ ਸੋ ਇੱਦਾਂ ਤੁਹਾਡੀ ਪ੍ਰੀ ਐਨਰੋਲਮੈਂਟ ਹੋ ਚੁੱਕੀ ਹੁੰਦੀ ਹੈ ਅਤੇ ਤੁਹਾਡੇ ਕੋਲ ਅਸੈਪਟੈਂਸ ਲੈਟਰ ਆ ਚੁੱਕਾ ਹੁੰਦਾ ਅਤੇ ਜਿਹਨੂੰ ਲੈ ਕੇ ਤੁਸੀਂ ਆਪਣੇ ਜਿਹੜੇ ਪੇਪਰ ਨੇ ਤਿਆਰ ਕਰਦੇ ਹੋਏ ਉਹ ਅੰਬੈਸੀ ਹਾਜ਼ਰ ਹੋਣਾ ਹੁੰਦਾ ਜਿਹਦੇ ਬੇਸ 'ਤੇ ਤੁਹਾਨੂੰ ਅੱਗੇ ਜਾ ਕੇ ਵੀਜ਼ਾ ਮਿਲਣਾ ਹੁੰਦਾ ਇੰਡੀਆ ਦਾ ਕੀ ਪ੍ਰੋਸੈਸ ਹੈ ਉਹ ਆਪਾਂ ਨੈਕਸਟ ਪਾਰਟ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਅਤੇ ਉਨੀ ਦੇਰ ਤੱਕ ਜਿਹੜੇ ਤੁਹਾਡੇ ਕੋਈ ਸਵਾਲ ਨੇ ਜਾਂ ਕੋਈ ਗੱਲ ਨਾ ਸਮਝ ਲੱਗੀ ਹੋਏ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਲਿਖ ਸਕਦੇ ਹੋ ਅਤੇ ਅਗਲੀ ਵੀਡੀਓ ਜਿਹੜੀ ਆਪਾਂ ਬਣਾਵਾਂਗੇ ਜਿਹਦੇ ਵਿੱਚ ਆਪਾਂ ਇੰਡੀਆ ਵਾਲਾ ਪਾਰਟ ਦੱਸਾਂਗੇ ਫਿਰ ਇੰਡੀਆ ਜਾ ਕੇ ਕੀ ਹੁੰਦਾ ਹੈ ਕਿੱਦਾਂ ਸਾਰਾ ਕੁਝ ਚੀਜ਼ਾਂ ਵਰਕ ਕਰਦੀਆਂ ਵੀਜ਼ਾ ਲੱਗਣ ਦੇ ਤੱਕ ਫਿਰ ਉਸ ਤੋਂ ਇਲਾਵਾ ਇੱਥੇ ਆ ਕੇ ਕਿੱਦਾਂ ਦੇ ਹਾਲਾਤ ਨੇ ਖਰਚੇ ਕਿੱਦਾਂ ਦੇ ਨੇ ਅਤੇ ਉਸ ਤੋਂ ਇਲਾਵਾ ਫਿਰ ਆ ਜਾਂਦੀ ਹੈ ਆਪਣਾ ਸਕੋਲਰਸ਼ਿਪ ਲਗਵਾ ਸਕਦੇ ਜਾਂ ਨਹੀਂ ਲਗਵਾ ਸਕਦੇ ਹੈਗੇ ਉਹ ਸਾਰਾ ਕੁਛ ਜਿਹੜੀ ਅਗਲੀ ਵੀਡੀਓ ਦੇ ਵਿੱਚ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਅਤੇ ਉਮੀਦ ਕਰਨਾ ਤੁਹਾਨੂੰ ਅੱਜ ਦੀ ਵੀਡੀਓ ਦੀ ਜਿਹੜੀ ਕੋਸ਼ਿਸ਼ ਪਸੰਦ ਆਈ ਹੋਏਗੀ ਜੇ ਕੋਈ ਤੁਹਾਡੀ ਕੋਈ ਕੰਫਿਊਜ਼ਨ ਕ੍ਰੀਏਟ ਹੁੰਦੀ ਹੋਏ ਤਾਂ ਪਲੀਜ਼ ਕਮੈਂਟਾਂ ਦੇ ਵਿੱਚ ਤੁਸੀਂ ਬੇਝਿਜਕ ਲਿਖ ਸਕਦੇ ਹੋ ਅਤੇ ਕੋਸ਼ਿਸ਼ ਰਹੇਗੀ ਉਹਨਾਂ ਦਾ ਨੈਕਸਟ ਵੀਡੀਓ ਦੇ ਪਾਰਟ ਦੇ ਵਿੱਚ ਜਵਾਬ ਦਿੱਤਾ ਜਾਏ ਅਤੇ ਮਿਲਦੇ ਨੈਕਸਟ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਬਾਏ ਬਾਏ।